ਜਿਹੜੀ ਮਾਲਾ ਗੁਰੂ ਨਾਨਕ ਦੇਵ ਜੀ ਸਿਮਰਤ ਸੀ ਉਹਦਾ ਇੱਕ ਮਨਕਾਗ ਸੋਨੇ ਦਾ ਸਾਡੇ ਕੋਲ ਹੈਗਾ ਜੀ ਅੱਜ ਵੀ। ਵਿਸ਼ਨੂੰ ਜੀ ਦਾ ਅਵਤਾਰ ਮੰਨਿਆ ਜਾਂਦਾ ਇਹਨੂੰ। 16 ਗਣਾ ਸੰਪੂਰਨ ਹੈ ਜੇ ਤੁਸੀਂ ਦੇਖੋਗੇ, 16 ਵਾਈਟ ਐਂਡ 16 ਬਲੈਕ ਲਾਈਨਸ ਹੈਗੀਆਂ। ਸ੍ਰੀ ਨਾਨਕ ਦੇਵ ਜੀ ਨੂੰ ਮਿਲਿਆ ਸੀਗਾ ਜਦੋਂ ਉਹ ਸ਼੍ਰੀਲੰਕਾ ਦੀ ਉਦਾਸੀ ਦੇ ਗਏ ਸੀਗੇ। ਚੌਥੇ ਪਾਤਸ਼ਾਹੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ ਪ੍ਰਿਥੀ ਚੰਦ ਜੀ, ਅਤੇ ਅਸੀਂ ਉਹਨਾਂ ਦੀ ਚੋਣ ਪ੍ਰਚਾਰ ਦੌਰਾਨ ਇਸ ਵੇਲੇ ਗੁਰੂ ਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਹੋਰੀ ਪਹੁੰਚੇ ਨੇ, ਔਰ ਇੱਥੇ ਗੁਰੂ ਸਾਹਿਬ ਨਾਲ ਜੁੜੇ ਹੋਏ ਕੁਛ ਦਸਤਾਵੇਜ਼ ਨੇ ਉਹ ਵੀ ਜਾਣਾਂਗੇ, ਉਹਨਾਂ ਦਾ ਇਤਿਹਾਸ ਜਿਹੜਾ ਉਹ ਜਾਣਾਂਗੇ, ਗੁਰੂ ਨਾਨਕ ਸਾਹਿਬ ਦੇ ਬਾਰੇ ਜਾਣਾਂਗੇ ਕੀ ਇਤਿਹਾਸ ਹੈ ਇਸ ਪੋਥੀਮਾਲਾ ਗੁਰੂ ਘਰ ਦਾ, ਔਰ ਕੁਛ ਜਿਹੜੇ ਉਸ ਵੇਲੇ ਦੇ ਪੁਰਾਤਨ ਜਿਹੜੀ ਹਿਸਟਰੀ ਦੇ ਨਾਲ ਜੁੜੇ ਹੋਏ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਏ ਉਹ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਹੈ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸੋਰੀ ਜੀ ਯੁਵਰਾਜ ਜੀ, ਸਾਡੇ ਗੱਦੀ ਨਸ਼ੀਨ ਨੇ ਜੀ, ਸੋ ਇਹ ਤੁਹਾਨੂੰ ਇਸ ਦੇ ਬਾਰੇ ਰੋਸ਼ਨੀ ਪਾਉਣਗੇ ਕਿ ਇਹ ਜਿਹੜੀ ਪੋਥੀਮਾਲਾ ਸਾਹਿਬ ਜਿਹੜੀ ਹੈਗੀ ਇਹ ਸਾਡੀ ਗੱਦੀ ਸੀ, ਗੁਰਗੱਦੀ, ਇਹ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ, ਅਤੇ ਕਿਉਂਕਿ ਚੌਥੇ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੀ ਅਸੀਂ ਉਹਨਾਂ ਦੀ ਔਲਾਦ ਹਾਂ, ਅਤੇ ਇਸ ਵੇਲੇ ਗੱਦੀ 'ਤੇ ਇਹ ਵਿਰਾਜਮਾਨ ਨੇ। ਤੁਹਾਡੇ ਪਰਿਵਾਰ ਬਾਰੇ ਇਤਿਹਾਸ ਪਹਿਲਾਂ ਜਾਣਨਾ ਚਾਹ ਰਿਹਾ ਸੀ ਕਿ ਗੁਰੂ ਸਾਹਿਬ ਦੇ ਨਾਲ ਕੀ ਕਨੈਕਸ਼ਨ ਹੈ ਤੁਹਾਡਾ, ਚੌਥੀ ਪਾਤਸ਼ਾਹੀ ਤੋਂ ਬਾਅਦ ਕਿਸ ਤਰੀਕੇ ਨਾਲ ਗੱਦੀ ਚੱਲੀ, ਔਰ ਤੁਹਾਡਾ ਉਸ ਪਰਿਵਾਰ ਨਾਲ ਕੀ ਕਨੈਕਸ਼ਨ? ਚੌਥੇ ਪਾਤਸ਼ਾਹੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ ਪ੍ਰਿਥੀ ਚੰਦ ਜੀ, ਅਤੇ ਅਸੀਂ ਉਹਨਾਂ ਦੀ ਔਲਾਦ ਹੈਗੇ, ਔਰ ਉਸ ਤੋਂ ਬਾਅਦ ਜਿਹੜੇ ਗੱਦੀ ਜਿਹੜੀ ਹੈਗੀ ਹੈ ਉਹ ਪਰਿਵਾਰ 'ਚ ਕਿਸੇ ਨਾ ਕਿਸੇ ਜਿਹੜੇ ਵੱਡੇ ਬੱਚੇ ਨੂੰ ਸੀ। ਰਾਮਦਾਸ ਜੀ ਦੀ 7ਵੀਂ ਪੀੜ੍ਹੀ, ਗੁਰੂ ਰਾਮਦਾਸ ਜੀ ਦੀ 7ਵੀਂ ਪੀੜ੍ਹੀ ਜਿਹੜੇ ਬਾਬਾ ਪ੍ਰਿਥੀ ਚੰਦ ਜੀ ਤੋਂ ਲੈ ਕੇ ਚੱਲੀਏ ਆਪਾਂ, ਉਹ ਮਾਮਦੀਪੁਰ ਲਾਹੌਰ 'ਚ ਰਹਿਣ ਲੱਗ ਪਏ ਸੀਗੇ। ਉੱਥੋਂ ਇਵੈਂਚੁਅਲੀ ਉਹ ਡੋਗਰ ਅਤੇ ਬਰਾੜਾਂ ਦੀ ਲੜਾਈ ਰਹਿੰਦੀ ਸੀ ਇਸ ਏਰੀਏ ਦੀ, ਉਹਨਾਂ ਨੇ ਇੱਥੇ ਸ਼ਿਫਟ ਕੀਤਾ। ਉਹਨਾਂ ਪਰਿਵਾਰਾਂ ਨੇ ਕਿਹਾ ਵੀ ਤੁਸੀਂ ਸਾਡੇ ਵਿੱਚ ਆ ਕੇ ਐਜ਼ ਅ ਬਫਰ ਬਣ ਕੇ ਬੈਠੋ, ਐਂਡ ਉਹਨਾਂ ਨੇ ਫਿਰ 1,00,000 ਏਕੜ ਜ਼ਮੀਨ 'ਤੇ ਘੋੜਾ ਫੇਰਿਆ ਅਤੇ ਲੱਖੀ ਜੰਗਲ ਬਣਾਇਆ। ਇਸ ਏਰੀਏ ਦਾ ਨਾਮ ਲੱਖੀ ਜੰਗਲ ਪਿਆ ਪਹਿਲਾਂ, ਗੁਰੂ ਸਾਹਿਬ ਦਾ ਪੁਰਾਣਾ ਨਾਮ ਜਿਹੜਾ ਪਹਿਲਾਂ ਲੱਖੀ ਜੰਗਲ ਸੀਗਾ। ਆਪਦੇ ਲੜਕੇ ਦੇ ਨਾਮ 'ਤੇ ਉਹਨਾਂ ਨੇ ਇਸ ਜਗ੍ਹਾ ਦਾ ਨਾਮ, ਇਸ ਸ਼ਹਿਰ ਦਾ ਨਾਮ ਗੁਰੂ ਹਰਸਹਾਏ ਰੱਖਿਆ। ਇਸ ਜਗ੍ਹਾ ਦਾ ਨਾਮ ਜਿੱਥੇ ਤੁਸੀਂ ਬੈਠੇ ਹੋ ਇਹ ਪੋਥੀਮਾਲਾ ਹੈਗਾ, ਬਿਕੋਜ਼ ਇੱਥੇ ਗੁਰੂ ਨਾਨਕ ਦੇਵ ਜੀ ਦੀ ਪੋਥੀ ਅਤੇ ਮਾਲਾ ਉਹਨਾਂ ਦੇ ਨਾਮ 'ਤੇ ਹੀ ਪਿਆ ਸੀਗਾ, ਐਂਡ ਇੱਥੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਸੀਗੇ। ਪੋਥੀਮਾਲਾ ਦੇ ਤੁਸੀਂ ਦਰਸ਼ਨ ਵੀ ਕਰਾ ਰਹੇ ਸੀਗੇ, ਇਹਨਾਂ ਬਾਰੇ ਜਿਹੜਾ ਜੇਕਰ ਤੁਸੀਂ ਦੱਸੋ। ਸਾਡੇ ਕੋਲ ਅੱਜ ਦੀ ਡੇਟ 'ਚ ਇੱਥੇ ਰੈਲਿਕਸ ਪਏ ਨੇ ਜੀ, ਜੋ ਪਿਤਾ ਪੁਰਖੀ ਸਾਨੂੰ ਪੀੜ੍ਹੀ ਦਰ ਪੀੜ੍ਹੀ ਅਸੀਂ ਅੱਗੇ ਆ ਰਹੇ ਨੇ, ਅਤੇ ਜੋ ਸਾਨੂੰ ਡਿਊਟੀ ਮਿਲੀ ਹੋਈ ਹੈ ਦਰਸ਼ਨ ਕਰਾਉਣ ਦੀ, ਤੁਸੀਂ ਕੋਈ ਵੀ ਆਉਂਦੇ ਸਾਂ ਅਸੀਂ ਦਰਸ਼ਨ ਕਰਾਉਂਦੇ ਹਾਂ। ਸੋ ਇੱਕ ਉਹਦੇ 'ਚ ਸਾਲੇਗ੍ਰਾਮ ਹੈ ਜੀ, ਸਾਲੇਗ੍ਰਾਮ ਜੀ, ਵਿਸ਼ਨੂੰ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ ਇਹਨੂੰ। 16 ਗਣਾ ਸੰਪੂਰਨ ਹੈ ਜੇ ਤੁਸੀਂ ਦੇਖੋਗੇ, 16 ਵਾਈਟ ਐਂਡ 16 ਬਲੈਕ ਲਾਈਨਸ ਹੈਗੀਆਂ। ਇਹ ਦੁਨੀਆ 'ਚ ਇਕਲੌਤਾ ਇਹੋ ਪੱਥਰ ਹੈਗਾ ਜਿਹਦੇ 'ਚ, ਜਿਹਨੂੰ ਆਪਾਂ 16 ਗਣਾ ਸੰਪੂਰਨ ਨੈਚੁਰਲ ਹੈਗਾ, ਇਹਦੇ 'ਚ ਆਪਾਂ ਕਿਸ ਤਰ੍ਹਾਂ ਮਕੈਨਿਕਲੀ ਜਾਂ ਲੇਜ਼ਰ ਨਾਲ ਇਨਗ੍ਰੇਵਡ ਨਹੀਂ ਹੈ, ਨੈਚੁਰਲੀ ਇਸ ਤਰ੍ਹਾਂ ਹੈਗਾ। ਇਹ ਕਿੱਥੋਂ ਮਿਲੇ ਸੀ? ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀਗਾ ਜਦੋਂ ਉਹ ਸ਼੍ਰੀਲੰਕਾ ਦੀ ਉਦਾਸੀ ਦੇ ਗਏ ਸੀਗੇ। ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਉਦੋਂ, ਉਸ ਤੋਂ ਬਾਅਦ ਤੁਹਾਡੇ ਕੋਲ? ਹਾਂਜੀ, ਸਾਡੇ ਕੋਲ ਗੁਰੂ ਰਾਮਦਾਸ ਜੀ ਤੋਂ ਆਏ ਨੇ, ਉਹਨਾਂ ਤੋਂ ਗੁਰੂ ਰਾਮਦਾਸ ਜੀ ਨੇ ਆਪਦੇ ਵੱਡੇ ਲੜਕੇ ਨੂੰ ਸਾਰੇ ਰੈਲਿਕਸ ਦਿੱਤੇ, ਉਸ ਤੋਂ ਫਿਰ ਉਹਨਾਂ ਦੇ ਵੱਡੇ ਲੜਕੇ ਨੂੰ, ਇਸ ਤਰ੍ਹਾਂ ਮੇਰੇ ਕੋਲ ਹੁਣ ਆਏ ਮੈਂ 17ਵੀਂ ਪੀੜ੍ਹੀ 'ਤੇ ਗੁਰੂ ਰਾਮਦਾਸ ਜੀ। ਇਹ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀ 'ਤੇ ਸੀਗੇ ਉਸ ਵੇਲੇ ਸ਼੍ਰੀਲੰਕਾ ਜਦੋਂ ਗਏ ਸੀ ਉੱਥੋਂ ਇਹ ਮਿਲੇ, ਉੱਥੋਂ ਉਹਨਾਂ ਨੂੰ ਭੇਟ ਕੀਤਾ। ਉਹਨਾਂ ਦੀ ਜਿਹੜੀ ਮਾਲਾ ਗੁਰੂ ਨਾਨਕ ਦੇਵ ਜੀ ਸਿਮਰਤ ਸੀ ਉਹਦਾ ਇੱਕ ਮਨਕਾਗ ਸੋਨੇ ਦਾ ਸਾਡੇ ਕੋਲ ਹੈਗਾ ਜੀ ਅੱਜ ਵੀ।
ਇਹ ਉਹ ਮਨਕਾ ਹੈਗਾ ਜੀ, ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮਾਲਾ ਸਿਮਰਦੇ ਸੀ, ਸਿਮਰਨ ਕਰਦੇ ਸੀਗੇ ਉਹਦਾ। ਐਂਡ ਇਹ ਪਦਮ ਹੈ ਜੀ, ਜੇ ਤੁਸੀਂ ਸਾਲਸ ਰਾਏ ਜੌਹਰੀ ਦੀ ਸਾਕੀ ਸੁਣੀ ਹੋਏਗੀ, ਜਿੱਥੇ ਅੱਜ ਦੇ ਪਟਨਾ ਸਾਹਿਬ ਗੁਰਦੁਆਰਾ ਵੀ ਉਹਨਾਂ ਦੇ ਘਰ 'ਚ ਬਣਿਆ ਹੋਇਆ ਹੈ। ਸੋ ਇਹ ਪਦਮ ਹੈ ਜੀ ਜਿਹੜਾ ਉਸ ਸਾਕੀ 'ਚ ਕਿਹਾ ਜਾਂਦਾ ਜਿਹੜਾ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਪੈਰ 'ਚ ਮਾਰ ਕੇ ਅਤੇ ਪੱਥਰ ਕੱਢ ਕੇ ਦਿੱਤਾ ਸੀਗਾ ਕਿ ਇਹ ਵੇਚ ਕੇ ਖਾਣਾ ਲਿਆਓ ਜੋ ਵੀ ਤੁਸੀਂ ਖਾਣਾ। ਤਾਂ ਸਾਲਸ ਰਾਏ ਜੌਹਰੀ ਨੇ 101 ਸੋਨੇ ਦੀਆਂ ਮੋਹਰਾਂ ਭੇਟ, ਮਤਲਬ ਮੈਂ ਸ਼ੋਰਟ 'ਚ ਦੱਸ ਰਿਹਾ ਤੁਹਾਨੂੰ ਬੜਾ, ਸਾਲਸ ਰਾਏ ਜੌਹਰੀ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀਗਾ ਵੀ ਤੁਸੀਂ ਸਾਡੇ ਘਰੇ ਆਓ ਅਤੇ ਦੇਖ ਕੇ ਕਿ ਵੀ ਇਹਦਾ ਗੁਰੂ ਨਾਨਕ ਦੇਵ ਜੀ ਦੇ ਲਾਲ ਹੈ। ਉਹਨਾਂ ਫਿਰ ਖਾਣਾ ਲੈ ਕੇ ਗਏ ਉਹਨਾਂ ਕੋਲ, ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਘਰੇ ਆਓ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀਗਾ ਕਿ ਅੱਜ ਨਹੀਂ ਮੈਂ ਆਪਦੇ 10ਵੇਂ ਜਾਮੇ 'ਚ ਆਊਂਗਾ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਉਹਨਾਂ ਦੇ ਘਰੇ ਹੋਇਆ ਸੀਗਾ। ਸੋ ਇਹਦਾ ਸਿੱਖ ਹਿਸਟਰੀ ਨਾਲ ਪਦਮ ਸਾਹਿਬ ਦਾ ਇਹ ਇਤਿਹਾਸ ਜੁੜਿਆ। ਤੁਸੀਂ ਇਹਦੇ 'ਚ ਗੁਰੂ ਨਾਨਕ ਦੇਵ ਜੀ ਦਾ ਹਾਂਜੀ ਅਕਸ਼ ਵੀ ਨਜ਼ਰ ਆਉਂਦਾ, ਪਿੱਛੇ ਉਹਨਾਂ ਦੇ ਪੈਰ ਦੇ ਅੰਗੂਠੇ ਦਾ ਨਿਸ਼ਾਨ ਵੀ ਹੈਗਾ ਜਦੋਂ ਉਹਨਾਂ ਨੇ ਮਿੱਟੀ 'ਚ ਪੈਰ ਮਾਰ ਕੇ ਇਹਨੂੰ ਕੱਢਿਆ ਸੀਗਾ। ਇਹ ਗੁਰੂ ਨਾਨਕ ਦੇਵ ਜੀ ਦੇ ਹਾਂਜੀ ਹਾਂਜੀ ਅੰਗੂਠੇ ਦਾ ਹਾਂਜੀ ਹਾਂ, ਥੋੜ੍ਹਾ ਦੱਸੋਗੇ ਥੋੜ੍ਹਾ ਜਿਹਾ ਹੋਰ? ਵੈਲ ਤੁਹਾਡੇ ਵੀਡੀਓ 'ਚ ਨਹੀਂ ਆਉਣਾ ਹੈਗਾ, ਤੁਹਾਨੂੰ ਤਾਂ ਵੈਸੇ ਮੈਂ ਦਿਖਾਇਆ ਹੀ, ਇਹਦੇ 'ਚ ਪੂਰਾ ਅਕਸ ਨਜ਼ਰ ਆਉਂਦਾ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਦੇ ਆਇਜ਼ ਦਾ ਕਹਿ ਲਓ, ਦਾੜੀ ਦਾ ਕਹਿ ਲਓ, ਸਾਰਾ ਨਜ਼ਰ ਆਉਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਇਹ ਹੈਗੇ ਜੀ ਗੁਰੂ ਨਾਨਕ ਦੇਵ ਜੀ ਦੀ ਸੇਲੀ ਟੋਪੀ ਜਿਹੜੀ ਉਹਦਾ ਕਵਰਡ ਕੀਤੀ ਹੋਈ ਹੈ ਅੰਦਰ ਸਿਲਕ ਦੀ ਜਿਹੜੀ ਹੈਗੀ ਹੈ ਵਾਲੀ, ਜਿਹੜੀ ਉਹ ਪਾ ਕੇ ਮੋਸਟਲੀ ਉਦਾਸੀ ਦੇ ਜਾਂਦੇ ਹੁੰਦੇ ਸੀਗੇ ਗੁਰੂ ਨਾਨਕ ਦੇਵ ਜੀ ਦੀ। ਗੁਰੂ ਨਾਨਕ ਟੋਪੀ ਕਹਿੰਦੇ ਹਨ, ਕਿਹੜੀ ਟੋਪੀ? ਸੇਲੀ ਟੋਪੀ, ਸੇਲੀ ਟੋਪੀ ਇਹ ਪਾ ਕੇ ਜਦੋਂ ਉਦਾਸੀ ਤੇ ਜਾਂਦੇ ਸੀ। ਇਹ ਸਾਰਾ ਕੁਝ ਕਵਰਡ ਹੈਗਾ ਇਹਦੇ ਅੰਦਰ ਤਾਂ ਕਿ ਬਿਕੋਜ਼ ਖਰਾਬ ਨਾ ਹੋਵੇ, ਕੋਈ ਟੱਚ ਨਾ ਕਰੇ, ਇਸ ਕਰਕੇ ਉਹਨੂੰ ਕਵਰ ਕੀਤਾ ਹੋਇਆ। ਬਟ ਯੂ ਕੈਨ ਸੀ ਇੱਥੇ ਇਨਸਾਈਡ ਹੈਗੀ ਹੈ ਜੀ। ਇਹ ਬੜੇ ਅਲੌਕਿਕ ਦਰਸ਼ਨ ਨੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਜਿਹੜੇ ਉਹਨਾਂ ਦੇ ਇਹਨਾਂ ਦਾ ਜ਼ਿਕਰ ਇਹ ਪੋਥੀ ਹੈਗੀ ਹੈ ਜੀ, ਜਿਹੜੀ ਤਾਂ ਗੁਰੂ ਨਾਨਕ ਦੇਵ ਜੀ ਦੀ ਅਸਲੀ ਪੋਥੀ ਸੀਗੀ ਉਹ ਚੋਰੀ ਹੋ ਗਈ ਸੀ 1970 ਸਾਡੇ ਮੇਰੇ ਪੜਦਾਦਾ ਜੀ ਵੱਲੋਂ, ਜਦੋਂ ਫਰੀਦਾਬਾਦ ਜਾ ਰਹੇ ਸੀਗੇ। ਇਹ ਵਾਰੀ ਜਿਹੜੀ ਐਗਜੈਕਟ ਪੋਥੀ ਹੈਗੀ ਹੈ ਇਹ ਸਾਡੀ ਫੈਮਿਲੀ 'ਚੋਂ ਹੈਗੀ, ਉਹਨਾਂ ਨੇ ਜਿਸ ਤਰ੍ਹਾਂ ਆਪਣੀ ਲਾਈਫ 'ਚ ਜੋ ਜੋ ਕੀਤਾ ਜਿੱਥੇ ਜਿੱਥੇ ਗਏ ਉਹਦੇ ਬਾਰੇ ਉਹਦਾ ਦਿਖਾ ਸਕਦੇ ਖੋਲ ਕੇ ਥੋੜ੍ਹਾ? ਹਾਂਜੀ ਹਾਂਜੀ, ਦਰਸ਼ਨ ਕਰਾ ਸਕਦੇ ਗੁਰੂ ਨਾਨਕ ਦੇਵ ਜੀ? ਨਹੀਂ ਉਹਨਾਂ ਦੀ ਨਹੀਂ ਹੈਗੀ ਜੀ, ਉਹਨਾਂ ਦੀ ਚੋਰੀ ਹੋ ਗਈ ਸੀਗੀ। ਇਹ ਦਿਸ ਇਜ਼ ਦਾ ਵਨ, ਇਹ ਸਾਡੀ ਫੈਮਿਲੀ ਦੀ ਹੈਗੀ ਹੈ। ਜਿਵੇਂ ਤੁਸੀਂ ਕਹਿ ਲਓ ਕਿ ਮੇਰੇ ਪਿਤਾ ਪੁਰਖ ਉਹਨਾਂ ਨੇ ਆਪਦੀ ਲਾਈਫ 'ਚ ਕਿੱਥੇ ਕਿੱਥੇ ਗਏ, ਕੀ ਕੀਤਾ, ਉਹਦਾ ਦੱਸ ਲਿਖਿਆ ਹੋਇਆ ਸਾਰਾ ਆਪਦੇ ਐਕਸਪੀਰੀਅੰਸਿਸ, ਲਾਈਫ ਐਕਸਪੀਰੀਅੰਸਿਸ। ਸੰਗਤ ਹਰ ਸਾਲ ਇੱਥੇ ਪਹਿਲੇ ਨੇ ਦਰਸ਼ਨ ਲਈ ਆਉਂਦੇ ਨੇ? ਹਾਂਜੀ ਹਾਂਜੀ, ਪਹਿਲੇ ਸੰਮਤ ਨੂੰ, ਪਹਿਲਾ ਜਿਹੜਾ ਨਰਾਤਾ ਜਿਹਨੂੰ ਵੀ ਕਹਿ ਸਕਦੇ ਹੋ ਤੁਸੀਂ, ਜਿਹੜਾ ਮਾਰਚ ਅਪ੍ਰੈਲ 'ਚ ਆਉਂਦਾ ਹੈ ਉਹਦੇ 'ਚ ਆਉਂਦੇ ਆ ਲੋਕ। ਮੋਸਟਲੀ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਜਿਹੜੇ ਇਸ ਫੈਮਿਲੀ 'ਚ, ਉਹ ਵੀ ਪਿਤਾ ਪੁਰਖੀ ਨਾਲ ਆ ਰਹੇ ਨੇ, ਜਿਹੜੇ ਫਰੰਟੀਅਰ ਸਾਈਡ ਤੋਂ ਜਾਂ ਕਾਬੁਲ ਕੰਧਾਰ ਤੋਂ ਲੋਕ ਮਾਈਗ੍ਰੇਟ ਹੋਏ ਸੀ ਇੰਡੀਆ ਨੂੰ। ਤੁਸੀਂ ਅੱਜ ਵੀ ਦੇਖ ਲਓ ਖੰਨੇ ਦਾ ਜਿਹੜਾ ਦਾਣਾ ਮੰਡੀ ਦਾ ਏਰੀਆ ਹੋ ਗਿਆ ਹੈ, ਜਾਂ ਅੰਮ੍ਰਿਤਸਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਛਿਆਟੇ ਦਾ ਏਰੀਆ ਹੋ ਗਿਆ, ਉਸ ਸਾਰੇ ਏਰੀਏ 'ਚੋਂ ਸੰਗਤ ਅੱਜ ਵੀ ਇੱਥੇ ਆਉਂਦੀ ਹੈ। ਲੋਕਲ ਸੰਗਤ ਵੀ ਆਉਂਦੀ, ਹੋਰ ਵੀ ਆਉਂਦੇ ਆ, ਮਤਲਬ ਹੋਰ ਵੀ ਜਿਨ੍ਹਾਂ ਨੂੰ ਇੰਟਰਸਟ ਹੈਗਾ ਸਿੱਖਇਜ਼ਮ 'ਚ ਜਾਂ ਸਿੱਖ ਹਿਸਟਰੀ 'ਚ, ਉਹ ਆਉਂਦੇ ਨੇ, ਦਰਸ਼ਨ ਕਰਦੇ ਨੇ। ਪੋਥੀਮਾਲਾ ਦਾ ਇਤਿਹਾਸ ਜਾਣਿਆ, ਔਰ ਇੱਥੇ ਜਿਹੜਾ ਇਤਿਹਾਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਉਸਦੇ ਦਰਸ਼ਨ ਵੀ ਜਿਹੜੇ ਕਰਵਾਏ ਆਪਣੇ ਸਹਿਯੋਗੀ ਸੰਦੀਪ ਦੇ ਨਾਲ, ਪੰਕਜ ਪਾਈ, ਨਿਊਜ਼ 18 ਗੁਰੂ ਹਰ ਸਾਹਿਬ।